ਕਿ ਭਾਈ ਕਿਹੜੇ ਪਾਸੇ ਪੰਜਾਬ ਤਰੱਕੀ ਦੇ ਰਾਹ ਤੇ ਆ। ਦੁਬਈ ਦੇ ਸਾਡੇ ਨਾਲੋਂ ਬਾਅਦ ਆਜ਼ਾਦ ਹੋਇਆ ਤੇ ਅੱਜ ਜਿੱਦਾਂ ਦੀਆਂ ਬਿਲਡਿੰਗਾਂ ਉਹਨਾਂ ਨੇ ਤਿਆਰ ਕਰਕੇ ਰੱਖ ਦਿੱਤੀਆਂ, ਸੱਚ ਜਾਣਿਓ ਅਮਰੀਕਾ ਕੈਨੇਡਾ ਵਰਗੇ ਦੇਸ਼ ਵੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕੇ। ਉਹ ਅਸੀਂ ਤਾਂ ਅੱਜ ਵੀ ਪਿੰਡਾਂ ਦੀਆਂ ਨਾਲੀਆਂ ਪੱਕੀਆਂ ਕਰਾਉਣ ਲਈ ਵੋਟਾਂ ਪਾਉਂਦੇ ਫਿਰਦੇ ਹਾਂ ਕਿ ਭਾਈ ਸਾਡੀਆਂ ਪਿੰਡਾਂ ਦੀਆਂ ਗਲੀਆਂ ਹੀ ਪੱਕੀਆਂ ਕਰਾ ਦਿਓ। ਉਹ ਕਦੇ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਮਾਵਾਂ ਦੇ ਪੁੱਤ ਮਰਵਾ ਕੇ ਮਾਵਾਂ ਦੀਆਂ ਆਂਦਰਾਂ ਡੂਹ ਕੇ ਰੱਖ ਦਿੱਤੀਆਂ। ਕਦੇ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਕੋਲ ਘਰਾਂ ਦੇ ਵਿੱਚ ਵੈਲ ਪਵਾ ਕੇ ਰੱਖ ਦਿੱਤੇ। ਕਦੇ ਸਵਾਲ ਕਰੋ ਉਹਨਾਂ ਨੂੰ ਕਿ ਭਾਈ ਦੱਸੋ ਪੰਜਾਬ ਕਿਹੜੇ ਪਾਸੇ ਪਿਛਲੇ 15 ਸਾਲਾਂ ਤੋਂ ਤਰੱਕੀ ਦੇ ਰਾਹ ਤੇ ਆ। ਉਹ ਤੁਸੀਂ ਤਾਂ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ। ਉਹ ਸਰਕਾਰਾਂ ਬੰਦਿਆਂ ਦੇ ਸਿਰਾਂ ਤੇ ਬਣ ਗਈਆਂ। ਸਰਕਾਰਾਂ ਬਦਲ ਨਾਲ ਇੱਥੇ ਕੁਝ ਨਹੀਂ ਬਦਲੇਗਾ ਬੰਦਿਆ, ਸਭ ਤੋਂ ਪਹਿਲਾਂ ਤੈਨੂੰ ਆਪਣਾ ਆਪ ਬਦਲਣਾ ਪੈਣਾ ਹੈ। ਉਹ ਯਾਦ ਕਰੋ ਉਹ ਵੇਲਾ ਜਦੋਂ ਤੁਹਾਨੂੰ ਗੋਲੀਆਂ ਦੀਆਂ ਆਵਾਜ਼ਾਂ ਨਹੀਂ ਡਰਾ ਸਕੀਆਂ। ਅੱਜ ਨਸ਼ਿਆਂ ਦੀ ਮਿੱਟੀ ਹੂਕ ਨੇ ਤੈਨੂੰ ਸਦਾ ਵੀ ਸਮਾ ਕੇ ਰੱਖ ਦਿੱਤਾ। ਅਬਦਾਲੀ ਦੀਆਂ 3-3 ਫੁੱਟ ਦੀਆਂ ਕਿਰਪਾਨਾਂ ਉਹ ਸਾਨੂੰ ਖਤਮ ਨਹੀਂ ਕਰ ਸਕੀਆਂ। ਅੱਜ ਮੌਕੇ ਦੀ ਹਕੂਮਤ ਨੇ ਸਿੱਖਾ ਤੈਨੂੰ 3 ਇੰਚ ਦੀ ਸਿਰਜ ਨਾਲ ਸਦਾ ਵੀ ਤੇਰੀ ਜਵਾਨੀ ਨੂੰ ਖਤਮ ਕਰਕੇ ਰੱਖ ਦਿੱਤਾ। ਕੋਈ ਉਹੀ ਮਾਂ ਦਾ ਪੁੱਤ ਸੀ ਜਦੋਂ ਨਿੱਕਾ ਹੁੰਦਾ ਟੀਕੇ ਤੋਂ ਡਰਦਾ ਹੁੰਦਾ ਸੀ ਤੇ ਮਾਂ ਫੜ ਫੜ ਕੇ ਟੀਕਾ ਲਵਾਇਆ ਕਰਦੀ ਸੀ। ਅੱਜ ਉਹੀ ਪੁੱਤ ਆਪਣੇ ਹੱਥਾਂ ਨਾਲ ਆਪਣੀਆਂ ਬਾਹਾਂ ਨੂੰ ਦਿੰਨੀ ਫਿਰਦਾ। ਕੌਣ ਆ ਜ਼ਿੰਮੇਵਾਰ ਇਹਦਾ? ਸਿੱਖਾ ਇਹ ਗੱਲ ਤੈਨੂੰ ਖਾਨੇ ਪਾਉਣੀ ਪਏਗੀ। ਜਾਂ ਤਾਂ ਵਿਰੋਧ ਕਰਨਾ ਸਿੱਖ ਲੈ ਜਾਂ ਆਪਣੀ ਮੌਤ ਨੂੰ ਖੁਦ ਆਪਣੇ ਆਪ ਕਬੂਲ ਕਰ ਲੈ। ਇਹਨਾਂ ਨਸ਼ਿਆਂ ਨੇ ਪਤਾ ਨਹੀਂ ਕਿੰਨਿਆਂ ਕੋ ਘਰਾਂ ਨੂੰ ਪੱਟ ਕੇ ਰੱਖ ਦਿੱਤਾ, ਪਤਾ ਨਹੀਂ ਕਿੰਨਿਆਂ ਕੋ ਘਰਾਂ ਦੇ ਚੁੱਲ੍ਹੇ ਤਬਾਹ ਕਰਕੇ ਰੱਖ ਦਿੱਤੇ, ਪਤਾ ਨਹੀਂ ਕਿੰਨੀਆਂ ਕੋ ਮਾਵਾਂ ਅੱਜ ਵੀ ਰੋ ਰੋ ਕੇ ਕਹਿ ਰਹੀਆਂ ਨੇ ਪੁੱਤਰਾ ਆਪ ਤਾਂ ਜਿੰਨੀ ਕੱਟਣੀ ਸੀ ਚਿੱਟੇ ਦੇ ਨਸ਼ੇ ਦੇ ਸਹਾਰੇ ਕੱਟ ਕੇ ਮਰ ਗਿਆ। ਉਹ ਮੈਨੂੰ ਤਾਂ ਮਰਦਾ ਮਰਦਾ ਦੱਸ ਜਾਂਦਾ, ਉਹ ਮੈਂ ਕਿਹਦੇ ਆਸਰੇ ਆਪਣੀ ਜ਼ਿੰਦਗੀ ਕੱਟਾਂ, ਉਹ ਮੈਂ ਕਿਹਦਾ ਮੂੰਹ ਵੇਖ ਕੇ ਆਪਣੀ ਜ਼ਿੰਦਗੀ ਗੁਜ਼ਾਰਾਂ। ਅੱਜ ਵੀ ਜਦੋਂ ਤੇਰੀ ਫੋਟੋ ਨੂੰ ਵੇਖਦੀ ਹਾਂ ਤੇਰਾ ਹੱਸ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆਉਂਦਾ। ਉਹ ਨੌਜਵਾਨੋ ਉਹ ਕਦੇ ਪੁੱਛੋ ਸਰਕਾਰਾਂ ਨੂੰ ਕਿ ਜਦੋਂ ਪੰਜਾਬ ਵਿੱਚ ਨਾੜ ਨੂੰ ਅੱਗ ਲਾਈ ਜਾਂਦੀ ਹੈ ਉਦੋਂ ਮਿੰਟਾਂ ਸਕਿੰਟਾਂ ਦੀ ਧੂੰਆਂ ਦਿੱਲੀ ਦੇ ਤਖ਼ਤਾਂ ਤੱਕ ਪਹੁੰਚ ਜਾਂਦਾ। ਉਹ ਅੱਜ ਜਿਹੜੇ ਚਿੱਟਾ ਪੀ ਪੀ ਕੇ ਆਪਣੀਆਂ ਜਵਾਨੀਆਂ ਫੂਕ ਕੇ ਚਲੇ ਗਏ ਉਹਨਾਂ ਦੇ ਸਿਨਿਆਂ ਦਾ ਧੂੰਆਂ ਉਹ ਕਦੋਂ ਪਹੁੰਚੇਗਾ ਤੁਹਾਡੇ ਤਖ਼ਤਾਂ ਤੱਕ? ਕਦੋਂ ਇਸ ਨਸ਼ੇ ਨੂੰ ਠੱਲ ਪਾਓਗੇ? ਕਦੋਂ ਇਸ ਨਸ਼ੇ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰੋਗੇ? ਨਾ ਕਿਸੇ ਧੜੇ ਨੇ ਤੁਹਾਡਾ ਆ ਕੇ ਸਵਾਰਨਾ ਤੇ ਨਾ ਕਿਸੇ ਪੰਚਾਇਤਾਂ ਨੇ ਸਵਾਰਨਾ। ਉਹ ਦੱਸੋ ਉਹ ਪੰਚਾਇਤਾਂ ਕਿੱਦਾਂ ਤੁਹਾਡਾ ਆ ਕੇ ਸਵਾਰ ਰਹੀਆਂ ਜਿਹੜੀਆਂ ਪੰਚਾਇਤਾਂ ਕਿਸੇ ਧੀ ਦਾ ਤਲਾਕ ਕਰਵਾ ਕੇ ਸ਼ਾਮ ਨੂੰ ਠੇਕੇ ਤੇ ਬਹਿ ਕੇ ਪਾਰਟੀ ਕਰਦੀਆਂ ਫਿਰਦੀਆਂ ਹੋਣ? ਹੁਣ ਮੰਗੋ ਗਰਾਂਟਾਂ ਸਰਕਾਰਾਂ ਤੋਂ, ਕਹੋ ਉਹਨਾਂ ਨੂੰ ਕਿ ਭਾਈ ਇੱਕ ਲੱਕੜਾਂ ਦੀ ਗਰਾਂਟ ਵੀ ਸਾਡੇ ਪਿੰਡ ਭੇਜ ਦਿਓ। ਜਿਹੜੇ ਮਾਵਾਂ ਦੇ ਪੁੱਤਾਂ ਨੂੰ ਨਸ਼ਾ ਲਾ ਲਾ ਕੇ ਤੁਸੀਂ ਮੌਤ ਦੇ ਘਾਟ ਉਤਾਰ ਕੇ ਰੱਖ ਦਿੱਤਾ, ਕੋਈ ਉਹਨਾਂ ਦੀਆਂ ਲਾਸ਼ਾਂ ਅਜੇ ਫੂਕਣ ਵਾਲੀਆਂ? ਇੱਥੇ ਬਸ ਨਹੀਂ, ਸਾਡਾ ਸਾਰਾ ਪੰਜਾਬ ਤਮਾਸ਼ਾ ਵੇਖਣ ਵਾਲਿਆਂ ਵਿੱਚੋਂ ਪੈਦਾ ਹੋ ਗਿਆ।
ਯਾਦ ਰੱਖਿਓ, ਜੇ ਆ ਗਿਆ ਅੱਜ ਗੁਆਂਢੀਆਂ ਦੇ ਘਰੇ ਲੱਗੀ ਜਾਣਾ ਤੇ ਕੱਲ ਤੁਹਾਡੇ ਘਰੇ ਵੀ ਜ਼ਰੂਰ ਲੱਗੇਗੀ। ਜਿੱਦਣ ਇੱਕ ਚੰਗਿਆੜੀ ਜੀ ਤੁਹਾਡੇ ਘਰ ਡਿੱਗ ਪਈ, ਤੁਹਾਡਾ ਘਰ ਵੀ ਫੂਕ ਕੇ ਰੱਖ ਦੇ। ਸਾਡੇ ਲੋਕ ਤਾਂ ਮਰਾੜਾ ਪਾਈ ਜਾ ਰਹੇ ਨੇ, ਸਰਕਾਰਾਂ ਡਰਦੀਆਂ ਨੇ ਜੀ, ਸਰਕਾਰਾਂ ਬੜੀਆਂ ਡਰਦੀਆਂ। ਉਹ ਕਾਹਦਾ ਡਰ ਸਰਕਾਰਾਂ ਨੂੰ ਤੁਹਾਡੇ ਤੋਂ? ਤੁਸੀਂ ਜਿੰਨੇ ਮਰਜ਼ੀ ਪਾਠ ਕਰਵਾਈ ਜਾਓ, ਸਰਕਾਰਾਂ ਨੂੰ ਡਰ ਇਹ ਨਹੀਂ ਕਿ ਤੁਸੀਂ ਕਿੰਨੀ ਵਾਰ ਮੱਥਾ ਟੇਕਦੇ ਹੋ, ਸਰਕਾਰਾਂ ਨੂੰ ਡਰ ਇਹ ਨਹੀਂ ਕਿ ਤੁਸੀਂ ਕਿੰਨੇ ਵਜੇ ਆਉਂਦੇ ਹੋ। ਉਹ ਸਰਕਾਰਾਂ ਨੂੰ ਕਾਹਦਾ ਡਰ? ਉਹਨਾਂ ਨੂੰ ਪਤਾ ਹੈ ਇਹ ਜਿੰਨੀਆਂ ਮਰਜ਼ੀ ਪਾਠਾਂ ਦੀਆਂ ਲੜੀਆਂ ਚਲਾਈ ਜਾਣ, ਉਹ ਇਹਨਾਂ ਨੇ ਕਿਹੜਾ ਗੱਲ ਖਾਨੇ ਪਾਉਣੀਆਂ। ਜਿਹੜੇ ਗੱਦੀਆਂ ਤੇ ਬਹਿ ਕੇ ਪੰਜਾਬ ਦੇ ਵਿੱਚ ਕਰਪਸ਼ਨ ਕਰਦੇ ਆ ਨਾ, ਯਾਦ ਰੱਖਿਓ ਉਹਨਾਂ ਨੂੰ ਕੇਵਲ ਤੇ ਕੇਵਲ ਇੱਕੋ ਚੀਜ਼ ਦਾ ਡਰ ਹੈ ਕਿ ਜਿੱਦਣ ਇਹਨਾਂ ਨੂੰ ਗੁਰਬਾਣੀ ਸਮਝ ਆ ਗਈ, ਕਿਤੇ ਇਹ ਨਾ ਹੋਵੇ ਜਿੱਦਾਂ ਦਾ ਸਿਸਟਮ ਗੁਰੂ ਅਰਜਨ ਸਾਹਿਬ ਤਿਆਰ ਕਰਕੇ ਗਏ ਸੀ, ਕਿਤੇ ਉਦਾਂ ਦਾ ਸਿਸਟਮ ਇਹ ਦੁਬਾਰਾ ਤਿਆਰ ਨਾ ਕਰ ਲੈਂਦੇ ਹੋ। ਪਤਾ ਉਹਨਾਂ ਨੂੰ ਜਿੱਦਣ ਇੱਦਾਂ ਦਾ ਸਿਸਟਮ ਤਿਆਰ ਕਰਕੇ ਇਹਨਾਂ ਨੇ ਬਾਣੀ ਨੂੰ ਸਮਝ ਲਿਆ, ਤੇ ਪੰਜਾਬ ਦੇ ਵਿੱਚ ਇੱਕ ਨਹੀਂ ਹਜ਼ਾਰਾਂ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਹੋ ਜਾਣਗੇ। ਡਰ ਉਹਨਾਂ ਨੂੰ ਸਾਡੇ ਕੋਲੋਂ ਮੈਂ ਇੱਕ ਹਰੀ ਸਿੰਘ ਨਲੂਆ ਨੂੰ ਵੀ ਸੌਂਪਿਆ ਗਿਆ। ਜਿੱਦਣ ਇਸ ਸਿਸਟਮ ਵਿੱਚੋਂ ਹਜ਼ਾਰਾਂ ਹਰੀ ਸਿੰਘ ਨਲੂਏ ਤਿਆਰ ਹੋ ਗਏ, ਉਹ ਉਹਨਾਂ ਨੂੰ ਕਿੱਦਾਂ ਸਾਂਭਾਂਗੇ? ਪਤਾ ਉਹਨਾਂ ਨੂੰ ਜਿੱਦਣ ਇਹਨਾਂ ਨੇ ਦੁਬਾਰਾ ਗੁਰੂ ਅਰਜਨ ਸਾਹਿਬ ਵਾਲਾ ਸਿਸਟਮ ਪੰਜਾਬ ਦੇ ਵਿੱਚ ਲੈ ਆਇਆ, ਤੇ ਇਹਨਾਂ ਦੀ ਕੌਮ ਦੇ ਵਿੱਚ ਇੱਕ ਨਹੀਂ ਹਜ਼ਾਰਾਂ ਬਘੇਲ ਸਿੰਘ ਵਰਗੇ ਜਰਨੈਲ ਪੈਦਾ ਹੋ ਜਾਣਗੇ, ਉਹ ਭਾਈ ਉਹਨਾਂ ਨੂੰ ਕੌਣ ਰੋਕੂਗਾ? ਇਹਨਾਂ ਨੂੰ ਸਿਸਟਮ ਤੋਂ ਡਰ ਲੱਗਦਾ? ਗੁਰੂ ਅਰਜਨ ਸਾਹਿਬ ਨੇ ਜਿੱਦਾਂ ਦਾ ਸਿਸਟਮ ਤਿਆਰ ਕੀਤਾ ਸੀ, ਉਸੇ ਸਿਸਟਮ ਵਿੱਚੋਂ ਭਾਈ ਮੰਝ ਤਿਆਰ ਹੋਇਆ, ਉਸੇ ਸਿਸਟਮ ਵਿੱਚੋਂ ਬਾਬਾ ਬਿਧੀ ਚੰਦ ਤਿਆਰ ਹੋਇਆ, ਉਸੇ ਸਿਸਟਮ ਵਿੱਚੋਂ ਬਘੇਲ ਸਿੰਘ ਵਰਗੇ ਯੋਧੇ ਤਿਆਰ ਹੋਏ, ਤੇ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਤਿਆਰ ਹੋਏ ਜਿਨ੍ਹਾਂ ਨੇ ਆਪਣੀ ਕੌਮ ਲਈ ਆਪਣੇ ਆਪ ਨੂੰ ਤੁੰਬਾ ਤੁੰਬਾ ਕਰਵਾ ਕੇ ਰੱਖ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿਸਟਮ ਇੱਦਾਂ ਦਾ ਸੀ, ਇੱਕ ਵਾਰ ਵੀ ਉਹਦੇ ਰਾਜ ਵਿੱਚ ਧਾਰਮਿਕ ਦੰਗਾ ਨਹੀਂ ਹੋਇਆ, ਇੱਕ ਵਾਰ ਵੀ ਉਹਦੇ ਰਾਜ ਵਿੱਚ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ। ਮੁਸਲਮਾਨ ਤਾਂ ਕੀ, ਹਿੰਦੂ ਵੀ ਇੱਦਾਂ ਦੇ ਰਾਜ ਤੋਂ ਖੁਸ਼ ਸੀ। ਉਹ ਸਿੱਖੋ, ਅੱਜ ਸਾਨੂੰ ਸਾਡੇ ਤੇ ਸ਼ਰਮਾ ਆਉਂਦੀਆਂ ਕਿ ਅਸੀਂ ਇੱਦਾਂ ਦਾ ਸਿਸਟਮ ਗਵਾ ਕੇ ਆਪਣੇ ਪੈਰ ਤੇ ਆਪ ਕੁਹਾੜੀ ਮਾਰ ਬੈਠੇ। ਉਹ ਜਿਹੜੇ ਸਿੱਖ ਨਾ ਚਮੜੀ ਦੇ ਗੁਲਾਮ ਹੋਇਆ ਕਰਦੇ ਸੀ ਤੇ ਨਾ ਦਮੜੀ ਦੇ ਗੁਲਾਮ ਹੋਇਆ ਕਰਦੇ ਸੀ, ਉਹ ਅੱਜ ਉਹੀ ਸਿੱਖ ਇੱਕ ਸ਼ਰਾਬ ਦੀ ਬੋਤਲ ਪਿੱਛੇ ਲਾਲਾਂ ਸੁਣਦੇ ਫਿਰਦੇ ਆ। ਤੇ ਗੱਲ ਇਹ ਵੀ ਪੱਲੇ ਬਣ ਲਿਓ, ਕਸੂਰ ਇਕੱਲਾ ਸਰਕਾਰਾਂ ਦਾ ਨਹੀਂ, ਸਾਡਾ ਵੀ ਬੜਾ ਯੋਗਦਾਨ ਹੈ। ਕੀ ਨਿਹੰਗ ਸਿੰਘਾਂ ਨੂੰ ਭੰਗ ਆ ਕੇ ਸਰਕਾਰਾਂ ਬਣਾਉਂਦੀਆਂ ਨੇ? ਸਿੱਖੋ, ਤੁਹਾਨੂੰ ਵਾਪਸ ਮੁੜਨਾ ਪਏਗਾ। ਇੱਕ ਪੀੜ੍ਹੀ ਅਗਲਿਆਂ ਨੇ 84 ਵਿੱਚ ਖਤਮ ਕਰਕੇ ਰੱਖ ਦਿੱਤੀ, ਤੇ ਇੱਕ ਪੀੜ੍ਹੀ ਅੱਜ ਨਸ਼ਿਆਂ ਦੇ ਨਾਲ ਉੱਕੀ ਜਾ ਰਹੀ ਹੈ। ਜਾਂ ਤੇ ਵਿਰੋਧ ਕਰਨਾ ਸਿੱਖ ਲਓ, ਤੇ ਜਾਂ ਆਪਣੀ ਮੌਤ ਨੂੰ